ਬੱਚੋ 6th ਕਲਾਸ ਮੈਥ ਚੈਪਟਰ 3 ਅਗਲਾ ਟਾਪਿਕ ਪਰਫੈਕਟ ਨੰਬਰ ਕੀ ਡੈਫੀਨੇਸ਼ਨ ਹੈ ਇਫ ਦਾ ਸਮ ਆਫ ਆਲ ਫੈਕਟਰਸ ਆਫ ਅ ਨੰਬਰ ਇਜ਼ ਟੁਆਇਸ ਦਾ ਨੰਬਰ ਦੈਨ ਦਾ ਨੰਬਰ ਇਜ਼ ਕਾਲਡ ਅ ਪਰਫੈਕਟ ਨੰਬਰ ਤੁਸੀਂ ਕਿਸੇ ਨੰਬਰ ਦੇ ਫੈਕਟਰ ਫੈਕਟਰ ਲਿਖਦੇ ਹੋ ਜਿੱਦਾਂ 6 ਦੇ ਲਿਕੇ 1 2 3 6 ਹੋਗੇ ਨਾ ਜੇ ਇਹਨਾਂ ਨੂੰ ਪਲੱਸ ਕਰੀਏ ਤਾਂ ਉਹ ਟੂ ਟਾਈਮਸ ਦਾ ਨੰਬਰ ਹੀ ਆਪ ਬਣ ਜਾਏ 6 ਦੇ ਲਿਖਦੇ ਨਾ 2 6 ਬਣ ਗਿਆ ਨਾ ਇਸ ਨੰਬਰ ਨੂੰ 6 ਨੂੰ ਕੀ ਕਰਾਂਗੇ ਕ ਕੀ ਕਵਾਂਗੇ ਆਪਾਂ ਦੈਟ ਇਜ਼ ਅ ਪਰਫੈਕਟ ਨੰਬਰ ਲੋ ਅੱਗੇ ਵਾਰੀ ਆ ਗਈ ਈਵਨ ਨੰਬਰਸ ਦੀ ਆ ਪਰਫੈਕਟ ਨੰਬਰ ਹੋਰ ਵੀ ਹੈਗੇ 28 496 8128 ਈਵਨ ਨੰਬਰਸ ਆਲ ਨੰਬਰਸ ਆ ਇੰਪੋਰਟੈਂਟ ਆ ਮੈਂ ਲਿਖ ਵੀ ਦਿੱਤਾ ਹੈ ਆਲ ਨੰਬਰ ਵਿਚ ਆਰ ਮਲਟੀਪਲਸ ਆਫ 2 ਆਰ ਕਾਲਡ ਈਵਨ ਨੰਬਰ ਜਿਦਾ 2 4 6 8 10 12 2 ਦਾ ਟੇਬਲ ਪੜ੍ਹਦੇ ਜਾਓ ਔਰ ਤੋਂ ਹੁਣ ਜਿੱਦਾਂ ਕੋਈ ਵੱਡੀ ਸੰਖਿਆ ਆ ਜਾਂਦੀ ਉੱਥੇ ਮੁਸ਼ਕਲ ਆ ਜਾਂਦੀ ਵੀ ਕਿਦਾਂ ਪਤਾ ਕਰਨਾ ਵਾ ਛੋਟੀਆਂ ਦਾ ਤਾਂ ਤੁਹਾਨੂੰ ਪਤਾ ਲੱਗ ਜਾਣਾ ਆਲ ਦਾ ਈਵਨ ਨੰਬਰਸ ਐਂਡ ਜਿਨ੍ਹਾਂ ਦੇ ਯੂਨਿਟ ਡਿਜੀਟ ਤੇ ਯੂਨਿਟ ਤੇ ਆਜੇ ਕੀ 0 ਆਜੇ 2 ਆਜੇ 4 ਆਜੇ 6 ਆਜੇ 8 ਆਜੇ ਜਿਦਾਂ 72 ਥੈਟ ਇਜ਼ ਈਵਨ ਨੰਬਰ ਕਿਉਂਕਿ ਯੂਨਿਟ ਡਿਜੀਟ ਕਿੰਨਾ 2 ਆ ਜੇ ਮੈਂ ਲਿਖਦਾ 76 6 ਆ ਇਹ ਵੀ ਈਵਨ ਨੰਬਰ ਆ ਇਦਾਂ 108 ਲਿਖਤਾ ਤੁਸੀਂ that is also even number ਤੇ ਜੁਨੇ ਡਿਜੀਟ ਟੈਚ ਚੈੱਕ ਕਰਨਾ ਬਸ ਆ 02468 ਆਣਾ ਚਾਹੀਦਾ ਬਹੁਤ ਹੀ ਆਸਾਨ ਇਫ 2 ਇਜ਼ ਐਡਡ ਟੂ ਐਨ ਈਵਨ ਨੰਬਰ ਦੈਨ ਵੀ ਗੈਟ ਦਾ ਨੈਕਸਟ ਕੰਸੈਕਟਿਵ ਈਵਨ ਨੰਬਰ ਜੇ 2 ਦੇ ਵਿੱਚ ਦੂਜਾ ਈਵਨ ਨੰਬਰ ਐਡ 2 ਐਡ ਕਰ ਦਿਓ ਤੇ ਅਗਲਾ ਈਵਨ ਨੰਬਰ ਆ ਜਾਂਦਾ ਐਚ ਅਗਲਾ ਐਡ ਕਰ ਦਿਓ ਤੇ ਅਗਲਾ ਆ ਜਾਂਦਾ ਇਦਾਂ ਦੋ ਦਾ ਪਹਾੜਾ ਤੁਰਿਆ ਜਾਣਾ ਅਗੇ ਆਗੇ ਆਰਡ ਨੰਬਰ ਆਲ ਨੰਬਰ ਵਿਚ ਆਰ ਨਾਟ ਮਲਟੀਪਲਸ ਆਫ 2 ਆਰ ਕਾਲਡ ਆਰਡ ਨੰਬਰ ਜਿਹੜੇ ਈਵਨ ਨਹੀਂ ਹੈਗੇ ਬਾਕੀ ਕੀ ਬਣ ਜਾਣੇ ਆਰਡ 1 3 5 7 9 11 ਇਹ 2 ਦੇ ਟੇਬਲ ਦੇ ਵਿੱਚ ਨਹੀਂ ਆਂਦੇ ਸਿੱਧਾ ਹੀ ਪਤਾ ਲੱਗ ਜਾਂਦਾ ਦੀਜ਼ ਆਰ ਕਾਲਡ ਆਰਡ ਨੰਬਰਸ ਆਲ ਦਾ ਆਰਡ ਨੰਬਰਸ ਐਂਡ ਇਨ 1 3 5 7 9 ਉਹਨਾਂ ਦਾ ਜਿਹੜਾ ਐਂਡ ਐਂਡ ਕਿਹਦੇ ਚ ਹੁੰਦਾ 1 3 5 7 9 ਜੇ ਇਫ ਟੂ ਵੀ ਐਡ ਟੂ ਐਨੀ ਆਰਡ ਨੰਬਰ ਦੈਨ ਵੀ ਗੈਟ ਨੈਕਸਟ ਕਨਸੈਕਟਿਵ ਆਰਡ ਨੰਬਰ ਜੇ ਇਹਨਾਂ ਚ ਵੀ ਆਰਡ ਨੰਬਰ ਐਡ ਕੀਤਾ ਜਾਵੇ ਇਫ ਟੂ ਜੇ ਦੋ ਐਡ ਕੀਤਾ ਜਾਵੇ ਜਿੱਦਾਂ 1 ਦੇ ਵਿੱਚ ਮੈਂ 2 ਐਡ ਕਰ ਦਿਆਂ ਤੇ ਅਗਲਾ ਆ ਜਾਣਾ 3 3 ਚ 2 ਐਡ ਕਰ ਦਿਆਂ ਤੇ ਕਿੰਨਾ ਬਣ ਜਣਾ 5 ਆਰਡ ਨੰਬਰ ਹੀ ਆ ਰਹੇ ਕਹਿੰਦਾ ਨੰਬਰ ਇਜ਼ ਆਈਦਰ ਈਵਨ অর ਆਡ ਕੋਈ ਵੀ ਨੰਬਰ ਜਾਂ ਤਾਂ ਈਵਨ ਹੋਏਗਾ ਜਾਂ ਆਡ ਹੋਏਗਾ ਦੋਵੇਂ ਨਹੀਂ ਹੋ ਸਕਦੇ ਵੀ ਆਡ ਵੀ ਹੋਵੇ ਤੇ ਈਵਨ ਵੀ ਹੋਵੇ ਲੋ ਬੱਚੋ ਅਗਲਾ ਟਾਪਿਕ ਪ੍ਰਾਈਮ ਐਂਡ ਕੰਪੋਜ਼ਿਟ ਨੰਬਰ ਮੋਸਟ ਇੰਪੋਰਟੈਂਟ ਲੋ ਇਹਨੂੰ ਸਮਝੀਏ ਆ ਟੇਬਲ ਬਣਿਆ ਹੋਇਆ ਹੈ ਪਹਿਲਾਂ ਇਹਨੂੰ ਸਮਝ ਲਿਏ ਲੋ ਮੈਂ ਪਹਿਲਾਂ ਫੈਕਟਰਸ ਲਿਖ ਦਾਂ ਨਾ ਨੰਬਰ ਆ ਫੈਕਟਰਸ ਆ ਉਹਨਾਂ ਦੀ ਗਿਣਤੀ ਅੱਗੇ ਲਿਖੀਏ ਕਿੰਨੇ ਕਿੰਨੇ ਬਣੇ ਨੇ 1 ਦਾ ਇੱਕੋ ਫੈਕਟਰ 2 ਦੇ 1 2 ਦੋ ਫੈਕਟਰ ਬਣ ਗਈ ਗਿਣਤੀ ਇਦਾਂ ਕਰਨੀ 1 2 1 2 1 2 3 ਇਦਾਂ ਗਿਣਤੀ ਕਰਨੀ ਪਹਿਲਾਂ ਫੈਕਟਰ ਲਿਖ ਲਓ ਸਾਰੇ ਦੱਸਿਆ ਤੁਹਾਨੂੰ ਕਿਦਾਂ ਲਿਖਨੇ ਆ ਫੈਕਟਰ ਹੁਣ ਜਰਾ ਧਿਆਨ ਨਾਲ ਨੋਟ ਕਰੋ ਦਾ ਨੰਬਰ ਵਿਚ ਹੈਜ਼ ਓਨਲੀ 1 ਫੈਕਟਰ ਹੁਣ ਤੁਸੀਂ ਦੇਖ ਲਓ ਕਿਹੜਾ ਨੰਬਰ ਹੈ ਜਿਹਦਾ ਇੱਕੋ ਹੀ ਫੈਕਟਰ ਹੋ ਹੈਗਾ 1 ਇਹਦਾ ਮਤਲਬ 1 ਨਾ ਹੀ ਪ੍ਰਾਈਮ ਨੰਬਰ ਆ ਨਾ ਹੀ ਕੰਪੋਜ਼ਿਟ ਨੰਬਰ ਆ ਹੁਣ ਪ੍ਰਾਈਮ ਨੰਬਰ ਕਿਹਨੂੰ ਕਹਿੰਦੇ ਆ ਗੱਲ ਤਾਂ ਇਹਦੀ ਆ ਨਾ ਪ੍ਰਾਈਮ ਨੰਬਰ ਕਿਹਨੂੰ ਕਹਿੰਦੇ ਆ ਪ੍ਰਾਈਮ ਨੰਬਰ ਉਸਨੂੰ ਕਹਿੰਦੇ ਨੇ ਜਿਹਦੇ ਸਿਰਫ ਦੋ ਫੈਕਟਰ ਬੰਦੇ ਹੋਣ ਗਿਣਤੀ 'ਚ ਜਿੱਦਾਂ 2 ਦੇ ਸਿਰਫ 1 ਤੇ 2 ਦੋ ਹੀ ਆ ਨਾ ਗਿਣਤੀ 'ਚ ਐਦਾਂ 3 ਵੀ ਪ੍ਰਾਈਮ ਨੰਬਰ ਆ ਇਹਦੇ ਕਿੰਨੇ ਫੈਕਟਰ ਬਣ ਰਹੇ ਨੇ ਸਿਰਫ 2 5 ਸਿਰਫ 2 ਆ ਦੇਖੋ ਮੈਂ ਲਿਖਿਆ ਹੋਇਆ 6 ਇਹ ਪ੍ਰਾਈਮ ਨੰਬਰ ਨਹੀਂ ਜਿਹਦੇ ਦੋ ਤੋਂ ਜ਼ਿਆਦਾ ਬੰਨ ਜਾਣ ਉਨੂੰ ਕੰਪੋਜ਼ਿਟ ਨੰਬਰ ਕਹਿੰਦੇ ਨੇ ਜਿੱਦਾਂ 1 2 3 4 2 ਤੋਂ ਵੱਧ ਗਏ ਨਾ ਇਹਨੂੰ ਕਹਾਵਾਂਗੇ ਕੰਪੋਜ਼ਿਟ ਨੰਬਰ ਇਦਾਂ ਯਾ 7댓 ਇਜ਼ ਆਲਸੋ ਪ੍ਰਾਈਮ ਨੰਬਰ 8 ਕੰਪੋਜ਼ਿਟ ਨੰਬਰ 9 ਇਹਦੇ 3 ਬਣ ਗਏ 댓 ਇਜ਼ ਕੰਪੋਜ਼ਿਟ ਨੰਬਰ ਲੋ ਮੈਂ ਅੱਗੇ ਲਿਖ ਵੀ ਦਿੱਤਾ ਹੈ 1 ਨਾ ਤਾਂ ਪ੍ਰਾਈਮ ਨੰਬਰ ਹੈ ਨਾ ਕੰਪੋਜ਼ਿਟ ਆ ਦੇਖੋ ਤੇ 2 ਆ ਪ੍ਰਾਈਮ ਨੰਬਰ ਹੈ 3 ਵੀ ਪ੍ਰਾਈਮ ਨੰਬਰ 4 ਕੰਪੋਜ਼ਿਟ ਨੰਬਰ 5 ਪ੍ਰਾਈਮ 6 ਕੰਪੋਜ਼ਿਟ 7 ਪ੍ਰਾਈਮ ਨੰਬਰ ਕਿਉਂਕਿ ਇਹਦੇ ਸਿਰਫ 2 ਫੈਕਟਰ ਬੰਦੇ ਨੇ। ਇਹ ਹੀ ਗੱਲਾਂ ਉਹਨੇ ਇੱਥੇ ਲਿਖੀਆਂ ਹਨ। ਲੋਹੋਂ ਨੇ ਤੇ ਡਿਫੀਨੇਸ਼ਨ ਬਣ ਗਈ। ਜਿਹੜਾ ਵੀ ਨੰਬਰ ਆ ਉਹਦੇ ਘੱਟੋ ਘੱਟ ਕਹਿੰਦਾ ਐਨ ਕੀ ਕਿਹਾ? ਦਾ ਨੰਬਰ ਵਿਚ ਹੈਜ਼ ਓਨਲੀ 1 ਫੈਕਟਰ ਉਹ ਤਾਂ ਇੱਕ ਦੀ ਗੱਲ ਹੋ ਗਈ। ਦਾ ਨੰਬਰ ਵਿਚ ਹੈਜ਼ ਐਗਜ਼ੈਕਟਲੀ 2 ਫੈਕਟਰਸ ਉਹਨੂੰ ਕੀ ਕਹਿੰਦਾ ਪ੍ਰਾਈਮ ਨੰਬਰ। ਦਾ ਨੰਬਰ ਵਿਚ ਹੈਜ਼ ਮੋਰ ਦੈਨ 2 ਫੈਕਟਰ ਉਹਨੂੰ ਕੀ ਕਹਿੰਦਾ ਕੰਪੋਜ਼ਿਟ ਨੰਬਰ। ਆ ਦੇਖੋ ਡਿਫੀਨੇਸ਼ਨਾਂ ਲਿਖੀਆਂ। ਦ ਨੈਚੁਰਲ ਨੰਬਰ ਜਿਹਦੇ ਦੋ ਫੈਕਟਰ ਹੋਣ ਕੀ ਕਹਦੇ ਨੇ ਪ੍ਰਾਈਮ ਨੰਬਰ ਆ ਆਪਣੀ ਕਾਪੀ ਚ ਲਿਖ ਲੈਣਾ ਫਿਰ ਯਾਦ ਰਹਿਣਗੀਆਂ ਆਰਡ ਨੰਬਰ ਈਵਨ ਨੰਬਰ ਕੰਪੋਜ਼ਿਟ ਨੰਬਰ ਇਹ ਸਾਰੀਆਂ ਡੈਫੀਨੇਸ਼ਨਸ ਆਪਣੀ ਫੇਰ ਕਾਪੀ ਚ ਲਿਖ ਲੈਣੀਆਂ ਵਿਦ ਐਗਜ਼ਾਮਪਲਸ ਜਿਹੜੇ ਨੈਚੁਰਲ ਨੰਬਰ ਆ ਜਿਨ੍ਹਾਂ ਦੇ ਦੋ ਤੋਂ ਜ਼ਿਆਦਾ ਫੈਕਟਰ ਬੰਦੇ ਨੇ ਜਿਦਾ 4 6 8 9 10 ਹੋਰ ਵੀ ਨੇ ਦੀਜ਼ ਆਰ ਕਾਲਡ ਕੰਪੋਜ਼ਿਟ ਨੰਬਰ ਅੱਗੇ ਲਿਖਿਆ ਵਨ ਨਾ ਤਾਂ ਕੰਪੋਜ਼ਿਟ ਨੰਬਰ ਹਨ ਨਾ ਪ੍ਰਾਈਮ 2 ਇਜ਼ ਦਾ ਸਮਾਲੈਸਟ ਪ੍ਰਾਈਮ ਨੰਬਰ 2 ਇੱਕਦਾਂ ਦਾ ਨੰਬਰ ਹੈ ਜਿਹੜਾ ਈਵਨ ਵੀ ਹੈ ਤੇ ਪ੍ਰਾਈਮ ਨੰਬਰ ਵੀ ਹੈ ਆਲ ਪ੍ਰਾਈਮ ਨੰਬਰਸ ਆਰ ਆਡ ਤੁਸੀਂ ਦੇਖਿਆ ਹੋਣਾ ਸਾਰੇ ਪ੍ਰਾਈਮ ਨੰਬਰ ਆਡ ਨੇ ਐਕਸੈਪਟ 2 ਦੋ ਛੱਡ ਕੇ ਦੋ ਨੂੰ ਛੱਡ ਲਓ ਬਾਕੀ ਸਾਰੇ ਤੁਸੀਂ ਪ੍ਰਾਈਮ ਨੰਬਰ ਚੈੱਕ ਕਰੋਗੇ ਕਿ ਨੇ ਆਡ odd ਦਾ ਮਤਲਬ ਹੈ ਨਾ ਜਿਹੜੇ 2 ਦੇ ਪਹਾੜੇ 'ਚ ਨਹੀਂ ਆਉਂਦੇ 2 ਦੇ ਟੇਬਲ 'ਚ ਨਹੀਂ ਆਉਂਦੇ ਵਿੱਚ ਆਰ ਨਾਟ ਦਾ ਮਲਟੀਪਲਸ ਆਫ 2 all odd numbers are not prime ਇਹ ਨਹੀਂ ਵੀ odd ਨੰਬਰ ਆ ਗਿਆ ਤੇ ਉਹ ਪ੍ਰਾਈਮ ਨੰਬਰ ਹੋਗਾ ਜਿੱਦਾਂ 9 ਹੈ 9 odd ਨੰਬਰ ਤਾਂ ਹੈਗਾ ਬਟ ਨਾਟ ਪ੍ਰਾਈਮ ਕਿਉਂ ਇਹਦੇ ਜੇ ਫੈਕਟਰ ਲਿਖੋਗੇ ਕਿੰਨੇ 1 3 9 2 ਤੋਂ ਵੱਧ ਗਏ ਨਾ ਐਦਾਂ ਹੀ 15 ਵਾਂ 15 odd ਨੰਬਰ ਤਾਂ ਹੈ ਬਟ that is not prime ਕਿਉਂਕਿ ਇਹਦੇ ਫੈਕਟਰ ਕਿੰਨੇ ਹੋਗੇ 2 ਤੋਂ ਵੱਧ ਗਏ 1 2 3 4 ਹੋ ਗਏ। ਮੱਚੋ ਅੱਗੇ ਆ ਸੀ ਮੈਥਡ ਹੈਗਾ। ਟੇਬਲ ਬਣਿਆ ਹੋਇਆ ਹੈ। 100 ਤੱਕ ਹੈ। ਇਹਦੇ ਵਿੱਚ ਪ੍ਰਾਈਮ ਨੰਬਰ ਤੇ ਕੰਪੋਜ਼ਿਟ ਨੰਬਰ ਹੁਣ ਇੱਕ ਨਾ ਤਾਂ ਪ੍ਰਾਈਮ ਹੈ ਨਾ ਤਾਂ ਕੰਪੋਜ਼ਿਟ ਇਸ ਕਰਕੇ ਇਹਦੇ ਇਰਦ-ਗਿਰਦ ਦੇ ਨੇ ਸਕੁਅਰ ਲਾਤਾ। ਜਿਹੜੇ ਆ ਹੈਗੇ ਨੇ ਪ੍ਰਾਈਮ ਨੰਬਰ ਇਹਨਾਂ ਤੇ ਨੇ ਸਰਕਲ ਲਗਾਇਆ ਹੋਇਆ ਹੈ। ਜਿਹੜੇ ਕੰਪੋਜ਼ਿਟ ਨੰਬਰ ਤੇ ਉਹਨਾਂ ਤੇ ਲਾਈਨ ਖਿੱਚੀ ਹੋਈ ਹੈ। ਸਾਡੇ ਨੰਬਰ ਤੁਸੀਂ ਚੈੱਕ ਕਰ ਸਕਦੇ ਹੋ। ਲੋਗ ਲ ਆ ਗਿਆ ਟਾਪਿਕ। ਟਵਿਨ ਪ੍ਰਾਈਮ ਨੰਬਰਸ ਕਹਿੰਦਾ ਦਾ ਪੇਅਰ ਆਫ ਪ੍ਰਾਈਮ ਨੰਬਰ ਹੈਵਿੰਗ ਡਿਫਰੈਂਸ ਆਫ 2 ਨੋਨ ਐਜ਼ ਟਵਿਨ ਪ੍ਰਾਈਮ ਨੰਬਰ ਜਿਨ੍ਹਾਂ ਦਾ ਡਿਫਰੈਂਸ 2 ਦਾ ਚੱਲਦਾ ਜਿੱਦਾਂ 3 5 ਹੈ ਇਹ ਹੈ ਕੰਜ਼ੈਕਟਿਵ ਬਹੁਤ ਦੂਰ ਨਹੀਂ ਹੋਣੇ ਚਾਹੀਦੇ ਇਹ 3 ਤੇ 5 ਨਜ਼ਦੀਕ ਹੀ ਹੈ ਨਾ ਲੇਕਿਨ ਇਹਦੇ ਇਹਨਾਂ ਦਾ ਜਿਹੜਾ ਡਿਫਰੈਂਸ ਕਿੰਨਾ ਹੋ ਗਿਆ 2 ਦਾ 5 ਚੋਂ 3 ਘਟਾਏ 2 7 ਚੋਂ 5 ਘਟਾਏ 2 ਥੀਸ ਆਰ ਕਾਲਡ ਟਵਿਨ ਪ੍ਰਾਈਮ ਨੰਬਰਸ ਇਹ ਨਾ ਦੂਰ 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 ਵਾਲੇ ਨਹੀਂ ਦੇਖਣੇ द नंबर्स बिटवीन एनी ट्विन प्राइम नंबर इज अ मल्टीपल ऑफ नंबर्स बिटवीन एनी ट्विन प्राइम नंबर्स अबव 5 ਜਿਹੜਾ 5 ਤੋਂ ਉੱਪਰ ਆ ਉਹ 6 ਦੇ ਗੁਣਜ ਹੁੰਦੇ ਨੇ 6 ਦੇ ਮਲਟੀਪਲ ਹੁੰਦੇ ਨੇ ਅੱਗੇ ਅੱਗੇ ਪ੍ਰਾਈਮ ਟ੍ਰਿਪਲੇਟ ਲੋ ਪ੍ਰਾਈਮ ਟ੍ਰਿਪਲੇਟ ਦ ਸੈਟ ਆਫ 3 ਕਨਜੈਕਟਿਵ ਪ੍ਰਾਈਮ ਨੰਬਰ ਦੈਟ ਡਿਫਰ ਬਾਈ 2 ਆ ਤਿੰਨ ਦਾ ਇਹਨਾਂ ਦਾ ਡਿਫਰੈਂਸ ਚੱਲਦਾ ਪਿਆ ਇਨਨੂੰ ਆਪਾਂ ਪ੍ਰਾਈਮ ਟ੍ਰਿਪਲੇਟ ਕਹਿੰਦੇ ਉਤੇ ਟਵਿਨ ਟਵਿਨ ਦਾ ਮਤਲਬ ਹੀ ਦੋ ਹੁੰਦਾ ਤੇ ਟ੍ਰਿਪਲੇਟ ਦਾ ਮਤਲਬ ਤਿੰਨ ਜਿਹੜੇ ਤਿੰਨ ਜਿਨ੍ਹਾਂ ਦਾ ਡਿਫਰੈਂਸ ਦੋ ਦਾ ਚੱਲਦੇ ਤਿੰਨਾਂ ਦਾ ਉਹਨਾਂ ਨੂੰ ਆਪਾਂ ਪ੍ਰਾਈਮ ਟ੍ਰਿਪਲੇਟ ਕਹਿੰਦੇ ਆ ਅੱਛਾ ਕਹਿੰਦਾ ਵਿਚ ਆਫ ਦਾ ਫੋਲੋਇੰਗ ਆਰ ਪ੍ਰਾਈਮ ਨੰਬਰ ਹੁਣ ਤੁਹਾਨੂੰ ਪਤਾ ਲੱਗ ਗਿਆ ਜਿਨ੍ਹਾਂ ਦੇ ਦੋ ਫੈਕਟਰ ਉਹਨਾਂ ਨੂੰ ਪ੍ਰਾਈਮ ਨੰਬਰ ਕਹਿੰਦੇ ਆ ਇਦਾਂ 117 117 ਨਹੀਂ ਆ ਕਿਉਂਕਿ 3 ਨਾਲ ਡਿਵੀਜ਼ੀਬਲ ਹੋ ਗਿਆ ਤੇ ਇਹਦੇ ਵੱਧ ਜਾਣੇ ਨੇ 2 ਤੋਂ ਵੱਧ ਜਾਣੇ ਇਸ ਕਰਕੇ ਪ੍ਰਾਈਮ ਨੰਬਰ ਨਹੀਂ ਹੈ ਕੰਪੋਜ਼ਿਟ ਨੰਬਰ 191 ਆ وہی 191 ਨਾਟ ਵਿਜੀਬਲ ਬਾਈ 2 3 5 7 11 13 ਚੈੱਕ ਕਰ ਲਿਆ ਕਰੋ ਸਾਈਡ ਤੇ ਨਾ ਇਦਾਂ ਇਦਾਂ ਵੀ ਚੈੱਕ ਕਰ ਸਕਦੇ ਨੇ ਅੱਗੇ ਡਿਵੀਜ਼ਿਬਲ ਮੈਥਡਸ ਆਣੇ ਆ ਵੀ ਸਾਨੂੰ ਡਾਇਰੈਕਟ ਵੀ ਪਤਾ ਲੱਗ ਜਾਏ ਕਰਨਾ ਕਿਹੜੀ ਸੰਖਿਆ 2 ਨਾਲ ਡਿਵਾਈਡ ਹੁੰਦੀ 3 ਨਾਲ ਡਿਵਾਈਡ ਹੁੰਦੀ ਦੋਨਾਂ ਤਾਂ ਆਮ ਤੁਹਾਨੂੰ ਪਤਾ ਹੀ ਹੈ 3 ਨਾਲ ਕਿਹੜੀ ਡਿਵਾਈਡ ਹੋਏਗੀ 5 ਦਾ ਵੀ ਪਤਾ ਹੈ ਜੇ ਪਿੱਛੇ 0 ਤੇ 5 ਆ ਜਾਏ ਜੁਨੇ ਡਿਜੀਟ ਤੇ ਉਹ 5 ਨਾਲ ਡਿਵਾਈਡ ਹੁੰਦੀ ਹੈ ਐਦਾਂ ਤੁਸੀਂ ਇਹ ਨੰਬਰਸ ਨੂੰ ਚੈੱਕ ਕਰ ਸਕਦੇ ਪ੍ਰਾਈਮ ਨੰਬਰ ਹੈ ਜਾਂ ਨਹੀਂ ਅੱਗੇ ਕਹਿੰਦਾ ਐਕਸਪ੍ਰੈਸ ਦਾ ਫੋਲੋਇੰਗ ਨੰਬਰ ਐਜ਼ ਅ ਸਮ ਆਫ ਟੂ ਪ੍ਰਾਈਮ ਨੰਬਰ ਜਿੱਦਾਂ 20 ਹੈ ਪੀ ਨੂੰ ਤੁਸੀਂ 18 2 ਵੀ ਲਿਖ ਸਕਦੇ ਸੀ ਪਰ ਇਹ ਪ੍ਰਾਈਮ ਨੰਬਰ ਨਹੀਂ ਹੈ ਆਹ ਤਾਂ ਹੈ ਪ੍ਰਾਈਮ ਨੰਬਰ ਹੀ ਨਹੀਂ ਹੈ ਇਦਾਂ ਤੁਸੀਂ ਸਾਰੇ ਲੱਭ ਲੋ ਵੱਖਰੇ ਵੱਖਰੇ ਪੇਰ ਬਣਾ ਕੇ ਲਿਖ ਲੋ ਕਿਤੇ ਨਾ ਕਿਤੇ ਹੁਣ 10 ਜਮਾ 10 ਲਿਖ ਲੋਗੇ ਇੱਥੇ ਵੀ ਨਹੀਂ ਆਣਾ ਜਿੱਥੇ ਪ੍ਰਾਈਮ ਨੰਬਰ ਬਣ ਗਿਆ ਜਿੱਦਾਂ 3 ਨਾਲ 3 ਜਮਾ 17 ਇਹ ਬਣ ਜਾਂਦਾ ਵਾ 7 ਜਮਾ 13 ਵੀ ਲਿਖ ਸਕਦੇ ਹੋ 댓 ਇਜ਼ ਦਾ ਸਮ ਆਫ ਪ੍ਰਾਈਮ ਨੰਬਰ ਐਟ ਦਾ 32 ਨੂੰ ਲਿਖ ਤੁਸੀਂ ਲਿਖ ਸਕਦੇ ਹੋ 3 ਜਮਾ 29댓 ਇਜ਼ ਅ ਪ੍ਰਾਈਮ ਨੰਬਰ 43 ਨੂੰ 5 ਜਮਾ 43 ਨਾਲ ਲਿਖ ਸਕਦੇ ਹੋ 댓 ਇਜ਼ ਅ ਪ੍ਰਾਈਮ ਨੰਬਰ ਅੱਗੇ ਆ ਗਈ ਐਕਸਰਸਾਈਜ਼ 3.1 ਇਹ ਆਪਾਂ ਅੱਗੋਂ